ਸਾਡੀ ਫਿਲਮ ਦਾ। ਤੁਸੀਂ ਇਹਦੇ ਵਿੱਚ ਬੜਾ ਸਾਦਗੀ ਢੰਗ ਨਾਲ ਬੜਾ ਰੋਲ ਅਦਾ ਕੀਤਾ, ਬੜਾ ਤੁਹਾਨੂੰ ਬਿਸਮਿਲਨ ਕਰਨੀ ਪਈ, ਸ਼ੁਕਰੀਆ। ਕੀ ਅਪੀਲ ਕਰਨੀ ਚਾਹੁੰਦੇ? ਬਸ ਇਹੀ ਜੀ ਕਿ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਨਹੀਂ ਪਤਾ ਹੈਗਾ, ਤੇ ਬਸ ਇਹੀ ਅਸੀਂ ਅਪੀਲ ਲੈ ਕੇ ਆਏ ਹਾਂ ਕਿ ਫਿਲਮ ਆ ਰਹੀ ਹੈ ਹੁਣ ਜ਼ਰੂਰ ਦੇਖਣ ਜਾਇਓ, ਆਪਣੇ ਪਰਿਵਾਰਾਂ ਨਾਲ ਆਪਣੇ ਬੱਚਿਆਂ ਨਾਲ ਦੇਖਣ ਜਾਇਓ ਜੀ। ਇਸ ਤਰ੍ਹਾਂ ਇਹ ਬਾਬਾ ਜੀ 30 ਤਰੀਕ ਨੂੰ ਅਸੀਂ ਰਿਲੀਜ਼ ਕਰਨੀ ਹੈ ਜੀ, ਪਰਸੋਂ ਨੂੰ ਇਹਨੂੰ ਵਰਲਡ ਵਾਈਡ ਪੂਰੀ ਦੁਨੀਆ ਦੇ ਵਿੱਚ ਇਹ ਫਿਲਮ ਬੀਬੀ ਰਜਨੀ ਜੀ ਜਿਹੜੀ ਕਿ ਮੈਡ ਫੋਰ ਫਿਲਮਸ ਦੇ ਵੱਲੋਂ ਬਣਾਈ ਗਈ ਹੈ। ਆਪਣੇ ਇਤਿਹਾਸ ਦੀ ਗੱਲ ਹੈ ਜੀ, ਆਪਣੇ ਪਿਛੋਕੜ ਦੀ ਗੱਲ ਹੈ, ਔਰ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਪੂਰਾ ਜਿਹੜਾ ਇਤਿਹਾਸ ਹੈ, ਜਦੋਂ ਫਿਲਮ ਸ਼ੁਰੂ ਕੀਤੀ ਸੀ ਉਦੋਂ ਵੀ ਇੱਥੇ ਬਾਬਾ ਜੀ ਤੋਂ ਆ ਕੇ ਪੁੱਛ ਕੇ ਸਾਰਾ ਇਤਿਹਾਸ ਕਿ ਅਸੀਂ ਕੋਈ ਪੱਖ ਹੈ ਜਿਹੜਾ ਉਹ ਛੱਡ ਨਾ ਦਈਏ, ਔਰ ਹੁਣ ਫਿਲਮ ਬਣ ਕੇ ਪੂਰੀ ਕੰਪਲੀਟ ਹੋ ਗਈ ਹੈ ਜੀ, ਪਰਸੋਂ ਨੂੰ ਰਿਲੀਜ਼ ਹੋ ਜਾਣੀ ਹੈ। ਫਿਲਮ ਦੇ ਟ੍ਰੇਲਰ ਨੂੰ, ਟੀਜ਼ਰ ਨੂੰ ਔਰ ਗਾਣਿਆਂ ਨੂੰ ਜਿਹੜੇ ਕਿ ਸਾਰੇ ਧਾਰਮਿਕ ਨੇ, ਸੰਗਤ ਵੱਲੋਂ ਬਹੁਤ ਮਣਾ ਮੂੰਹੀ ਭਰਮਾ ਹੁੰਗਾਰਾ ਪਿਆਰ ਤੇ ਸਤਿਕਾਰ ਬਖਸ਼ਿਆ ਜਾ ਰਿਹਾ, ਔਰ ਅਸੀਂ ਤਮਾਮ ਦੁਨੀਆ 'ਚ ਵਸਦੇ ਸਾਰੇ ਸਰੋਤਿਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਹ ਆਪਣੇ ਪਿਛੋਕੜ ਦੀ ਗੱਲ ਹੈ, ਜਿਹੜਾ ਇਤਿਹਾਸ ਹੌਲੀ ਹੌਲੀ ਅੱਖੋਂ ਪਰੋਖੇ ਹੁੰਦਾ ਜਾ ਰਿਹਾ। ਅਸੀਂ ਕੋਸ਼ਿਸ਼ ਕੀਤੀ ਔਰ ਸਾਡੇ ਪ੍ਰੋਡਿਊਸਰਸ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਉਹ ਇਤਿਹਾਸ ਤੋਂ ਆਉਣ ਵਾਲੀ ਜਿਹੜੀ ਅਗਲੀ ਪੀੜ੍ਹੀ ਆ ਉਹਨੂੰ ਜਾਣੂ ਕਰਵਾਇਆ ਜਾਵੇ। ਉਹਦੇ ਦਰਮਿਆਨ ਬੀਬੀ ਰਜਨੀ ਜੀ ਫਿਲਮ ਅਸੀਂ ਲੈ ਕੇ ਆਏ ਹਾਂ, ਔਰ ਸਾਰੀ ਸੰਗਤ ਨੂੰ ਇਹ ਬੇਨਤੀ ਕਰਦੇ ਹਾਂ ਕਿ ਬੇਸ਼ੱਕ ਉਹ ਇੱਥੇ ਵੱਸਦੀ ਹੈ, ਵਿਦੇਸ਼ਾਂ 'ਚ ਵੱਸਦੀ ਹੈ, ਆਪਦੇ ਪਰਿਵਾਰ ਨਾਲ ਆਪਦੇ ਬੱਚਿਆਂ ਨਾਲ ਇਹ ਫਿਲਮ ਤੁਸੀਂ ਜ਼ਰੂਰ ਦੇਖ ਕੇ ਆਇਓ। ਇਹਦੇ ਨਾਲ ਤੁਹਾਡਾ ਪਰਮਾਤਮਾ 'ਤੇ ਪ੍ਰੇਮ ਅਤੇ ਭਰੋਸਾ ਦੋਨੇ ਹੀ ਵਧਣਗੇ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਾਡੇ ਨਾਲ ਅੱਜ ਅਸੀਂ ਬੀਬੀ ਰਜਨੀ ਜੀ ਦੇ ਸਥਾਨ ਤੇ ਪੱਟੀ ਵਿਖੇ ਉਹਨਾਂ ਦਾ ਸ਼ੁਕਰਾਨਾ ਕਰਨ ਆਏ ਹਾਂ, ਨਮਸਕਾਰ ਕਰਨ ਆਏ ਹਾਂ ਉਹਨਾਂ ਨੂੰ ਕਿ ਉਹਨਾਂ ਨੇ ਜਿਹੜੇ ਰਾਹ ਦਿਖਾਏ ਸੀ ਉਹਨਾਂ ਤੇ ਚੱਲਦਿਆਂ ਅਸੀਂ ਇਹ ਫਿਲਮ ਤੁਹਾਡੇ ਲਈ ਲੈ ਕੇ ਆਏ ਹਾਂ। ਰੂਪੀ ਗਿੱਲ, ਪੰਗੂ ਮੈਮ, ਚੀਮਾ ਬਾਈ, ਅਸੀਂ ਸਾਰੇ ਫਿਲਮ ਦੇ ਅਦਾਕਾਰਾਂ ਦੀ ਟੀਮ ਇੱਥੇ ਬੀਬੀ ਰਜਨੀ ਜੀ ਦਾ ਸ਼ੁਕਰਾਨਾ ਕਰਨ ਲਈ ਪਹੁੰਚੇ ਹਾਂ, ਔਰ ਗੁਰੂ ਘਰ ਦੀ ਜਿੰਨੀ ਵੀ ਕਮੇਟੀ ਹੈ ਉਹਨਾਂ ਸਾਰੇ ਪ੍ਰਬੰਧਕ ਵੀਰਾਂ ਦਾ ਔਰ ਮਹਾਂਪੁਰਸ਼ਾਂ ਦਾ ਸ਼ੁਕਰਾਨਾ ਕਰਦੇ ਹਾਂ। ਇਹਦੀ ਸ਼ੂਟਿੰਗ ਇਹ ਅਸਲ 'ਚ ਚੌਥੇ ਪਾਤਸ਼ਾਹ ਦੇ ਕਾਲ ਦੀ ਫਿਲਮ ਸੀ, ਆਪਣੇ ਪਿਛੋਕੜ ਦੀ ਸੀ। ਇਹਦੀ ਸ਼ੂਟਿੰਗ ਵਾਸਤੇ ਸਾਰੇ ਸੈੱਟ ਲਾਉਣੇ ਪਏ ਜੀ, ਉਹ ਕਾਲ ਦਿਖਾਉਣ ਵਾਸਤੇ, ਚੌਥੇ ਪਾਤਸ਼ਾਹ ਦਾ ਪੁਰਾਣਾ ਟਾਈਮ ਦਿਖਾਉਣ ਵਾਸਤੇ। ਇਹਦੀ ਸ਼ੂਟਿੰਗ ਹਰਿਆਣੇ ਦੇ ਵਿੱਚ ਹੋਈ ਹੈ ਜੀ, ਪੰਜਾਬ ਦੇ ਵਿੱਚ ਹੋਈ ਹੈ, ਚੰਡੀਗੜ੍ਹ ਦੇ ਲਾਗੇ ਤਾਗੇ ਸੈੱਟਾਂ 'ਤੇ ਹੋਈ ਹੈ ਜੀ। ਸਾਰੀਆਂ ਸਾਨੂੰ ਜਿਵੇਂ ਪੁਰਾਣੀਆਂ ਹਵੇਲੀਆਂ, ਜਿਵੇਂ ਦੁਨੀ ਚੰਦ ਦੀ ਹਵੇਲੀ ਸੀ, ਉਹ ਦਿਖਾਉਣ ਵਾਸਤੇ ਅਸੀਂ ਪੱਟੀ ਬਣਾਇਆ ਜੀ ਸੈੱਟ ਲਾ ਕੇ, ਕਿਉਂਕਿ ਸ਼ੂਟ ਨਹੀਂ ਹੋਇਆ ਕੋਈ। ਹਾਂਜੀ, ਸ਼ੂਟ ਨਹੀਂ ਹੋਇਆ, ਪੱਟੀ ਸ਼ੂਟ ਨਹੀਂ ਹੋ ਸਕਦਾ ਨਾ, ਇਹ ਮਾਡਰਨ ਹੋ ਚੁੱਕਿਆ, ਘਰ ਲੈਂਟਰ ਪੈ ਗਏ, ਉਹ ਫਿਰ ਝੌਂਪੜੀਆਂ ਦਾ ਤੇ ਮਤਲਬ ਛੱਤਾਂ ਦੂਜੀਆਂ ਕੱਚੀਆਂ ਛੱਤਾਂ ਦਾ ਦੌਰ ਸੀ, ਉਹ ਦਿਖਾਇਆ, ਸਾਰਾ ਬਣਾ ਕੇ ਦਿਖਾਇਆ। ਪੱਟੀ ਆ, ਪਰ ਪੱਟੀ ਅਸੀਂ ਸੈੱਟ ਲਾ ਕੇ ਦਿਖਾਇਆ ਜੀ। ਇਸ ਤੋਂ ਪਹਿਲਾਂ ਬੀਬੀ ਰਜਨੀ ਦੇ ਪਹਿਲਾਂ ਕੋਈ ਮੂਵੀ ਹੋ ਚੁੱਕੀ ਹੈ? ਬਾਬਾ ਜੀ ਦੁੱਖ ਭੰਜਨ ਤੇਰਾ ਨਾਮ ਫਿਲਮ ਧਰਮੇਂਦਰ ਜੀ, ਸੁਨੀਲ ਦੱਤ ਜੀ ਉਹਨਾਂ ਨੇ ਕੀਤੀ ਸੀ, ਤੇ ਉਹ ਬਹੁਤ 1974 ਦੇ ਵਿੱਚ ਉਹ ਫਿਲਮ ਸੁਣਨ 'ਚ ਆਇਆ ਕਿ ਆਈ ਸੀਗੀ, ਤੇ ਇੱਕ ਲੰਮਾ ਅਰਸਾ ਇਹ ਹੋ ਗਿਆ, ਜਨਰੇਸ਼ਨ ਬਹੁਤ ਜ਼ਿਆਦਾ ਅੱਗੇ ਵੱਧ ਚੁੱਕੀ ਹੈ, ਤੇ ਅਸੀਂ ਇਹ ਦੁਬਾਰੇ ਉਹਦੇ ਤੋਂ ਬਾਅਦ 'ਚ ਕੋਸ਼ਿਸ਼ ਕੀਤੀ ਹੈ। ਇਦੋਂ ਇਸ ਵਕਫੇ ਦੇ ਦਰਮਿਆਨ ਕੋਈ ਫਿਲਮ ਰਿਲੀਜ਼ ਨਹੀਂ ਹੋਈ। ਬੀਬੀ ਰਜਨੀ ਦੇ ਜਨਮ ਸਥਾਨ ਤੇ ਪੱਟੀ ਪਹੁੰਚ ਕੇ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ? ਬਹੁਤ ਅਸੀਂ ਮਹਾਰਾਜ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਇਸ ਸਥਾਨ ਦਾ, ਜਿੱਦਾਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਅਸੀਂ ਆਪਣੇ ਪਿਛੋਕੜ ਨਾਲੋਂ ਔਰ ਉਹ ਇਤਿਹਾਸ ਜਿਹੜਾ ਸਾਡਾ ਸ਼ਾਨਾ ਮੱਤਾ, ਜਿਹਨੂੰ ਵਿਲੱਖਣ ਇਤਿਹਾਸ ਕਹਿ ਦਿੰਦੇ ਆ, ਹੌਲੀ ਹੌਲੀ ਹੁੰਦਾ ਹੁੰਦਾ ਅੱਖੋਂ ਪਰੋਖੇ ਹੁੰਦਾ ਜਾ ਰਿਹਾ। ਇਹ ਸਥਾਨ ਨੇ ਜਿਹੜੇ, ਇਹ ਬੜੇ ਚੜ੍ਹਦੀ ਕਲਾ ਵਾਲੇ ਸਥਾਨ ਨੇ, ਸਾਨੂੰ ਬੜਾ ਚੰਗਾ ਲੱਗਿਆ ਮਾਤਾ ਜੀ ਦੇ ਦਰਸ਼ਨ ਕਰਕੇ ਔਰ ਸਥਾਨ ਤੇ ਆ ਕੇ। ਧੰਨਵਾਦ। ਜਦੋਂ ਫਿਲਮ